ਸਾਸ਼ਟ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਸੁਖਦੀਪ ਕੌਰ ਸੰਧੂ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕ੍ਰਾਂਚ ਨਿਊਜ਼ ਐਂਡ ਵਿਊਜ਼ ਦੇ ਵਿੱਚ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬਹੁਤ ਦਿਨ ਪਹਿਲਾਂ ਇਹ ਕਿਹਾ ਸੀਗਾ ਕਿ ਨਵਾਂ ਵੇਰੀਐਂਟ ਆਇਆ ਹੈ ਕਰੋਨਾ ਦਾ ਓਮਿਕਰੋਨ ਸੋ ਓਮਿਕਰੋਨ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਇਸ ਕਰਕੇ ਬਹੁਤ ਜ਼ਿਆਦਾ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਹਜੇ ਕਰੋਨਾ ਨਾਲ ਹੀ ਪੂਰੀ ਤਰ੍ਹਾਂ ਨਹੀਂ ਨਜਿੱਠਿਆ ਜਾ ਰਿਹਾ ਹੁਣ ਓਮਿਕਰੋਨ ਆ ਚੁੱਕਾ ਹੈ ਹਜੇ ਪੂਰਾ ਟੀਕਾ ਕਰਨ ਨਹੀਂ ਹੋਇਆ ਕਈ ਦੇਸ਼ਾਂ ਦੇ ਵਿੱਚ ਹੁਣ ਓਮਿਕਰੋਨ ਨੂੰ ਲੈ ਕੇ ਨਵੀਂ ਮੁਸੀਬਤ ਹੈ ਇਸ ਵੇਰੀਐਂਟ ਨੂੰ ਨਾ ਤਾਂ ਅਸੀਂ ਸਮਝਦੇ ਹਾਂ ਨਾ ਜਾਣਦੇ ਹਾਂ ਤੇ ਇਹਦੀ ਵੈਕਸੀਨੇਸ਼ਨ ਕਦੋਂ ਅਸੀਂ ਕਰ ਸਕਾਂਗੇ ਇਹ ਵੀ ਨਹੀਂ ਪਤਾ ਕਿਉਂਕਿ ਹਜੇ ਸਾਨੂੰ ਕਰੋਨਾ ਨੇ ਨਹੀਂ ਆ ਬਖਸ਼ਿਆ ਹੈ ਤੇ ਹੁਣ ਓਮਿਕਰੋਨ ਆ ਕੇ ਸਿਰ ਤੇ ਖੜਾ ਹੋ ਗਿਆ ਹੈ ਜਦੋਂ ਕਰੋਨਾ ਸੀ ਹਨਾ ਤੇ ਉਦੋਂ ਆਪਾਂ ਇਦਾਂ ਕਰਦੇ ਸੀ ਕਿ ਘਰਾਂ ਦੇ ਵਿੱਚ ਵੱਜ ਜੀਏ ਬਸ ਹੁਣ ਬਾਹਰ ਨਹੀਂ ਨਿਕਲਣਾ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ ਹੱਥ ਧੋਣੇ ਆ ਆਪਣੇ ਆਪ ਦਾ ਧਿਆਨ ਰੱਖਣਾ ਮਾਸਕ ਆ ਕੇ ਰੱਖਣਾ ਤੋ ਇਥੇ ਹੁਣ ਆ ਗਿਆ ਓਮਿਕਰੋਨ ਕਰੋਨਾ ਦੇ ਅੱਗੇ ਓਮੀ ਲੱਗ ਗਿਆ ਯਾਨੀ ਕਿ ਉਹਦਾ ਬਾਪ ਜਿਹੜਾ ਹੈ ਉਹ ਸਾਡੇ ਵੱਲ ਵੱਧ ਆ ਰਿਹਾ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਦੋ ਦੋ ਤਿੰਨ ਤਿੰਨ ਕੇਸਿਸ ਕਈ ਜਗ੍ਹਾ ਤੇ ਜ਼ਿਆਦਾ ਕੇਸਿਸ ਵੀ ਜੜੇ ਨੇ ਉਹ ਆਏ ਨੇ ਸੋ ਓਮਿਕਰੋਨ ਨੇ ਦੱਸ ਦਿੱਤਾ ਹੈ ਕਿ ਮੈਂ ਹੁਣ ਕਰੋਨਾ ਤੋਂ ਜ਼ਿਆਦਾ ਖਤਰਨਾਕ ਹਾਂ ਲੋਕਾਂ ਨੂੰ ਆਪਣੇ ਆਪ ਜਾਣਨਾ ਪਏਗਾ ਕਿ ਮੇਰੇ ਤੋਂ ਸਾਵਧਾਨ ਕਿਵੇਂ ਰਹਿਣਾ ਸੋ ਆਪਣੀ ਜੜੀ ਸੁਰੱਖਿਆ ਕਰਨੀ ਹੈ ਤੁਸੀਂ ਤੁਹਾਡੇ ਹੱਥ ਵਿੱਚ ਹੈ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਫ ਕਰਨਾ ਇਹ ਸਭ ਕੁਝ ਸਾਡੇ ਬਾ ਹੱਥ ਵਿੱਚ ਹੈ ਸੋ ਓਮਿਕਰੋਨ ਨੇ ਜਿਹੜਾ ਸਥਾਨ ਆਪਣਾ ਬਣਾ ਲਿਆ ਡਿਫਰੈਂਟ ਕੰਟਰੀਜ਼ ਦੇ ਵਿੱਚ ਦੋ ਦੋ ਚਾਰ ਚਾਰ ਕੇਸਿਸ ਕਈ ਜਗ੍ਹਾ ਤੇ ਆਏ ਨੇ ਤੇ ਕਈ ਜਗ੍ਹਾ ਤੇ ਜ਼ਿਆਦਾ ਕੇਸਿਸ ਵੀ ਨਿਕਲਦੇ ਭਾਰਤ ਦੇ ਵਿੱਚ ਵੀ ਨੇ ਹੂੰ ਦੱਖਣੀ ਅਫਰੀਕਾ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਨੇ ਤੇ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਕਰੋਨਾ ਦੇ ਵੇਲੇ ਸਾਰਾ ਲਾਕਡਾਊਨ ਸੀ ਪੂਰੀ ਦੁਨੀਆ ਬੰਦ ਮਤਲਬ ਜ਼ਿੰਦਗੀ ਜਿਹੜੀ ਹੈ ਬਿਲਕੁਲੀ ਦਰਵਾਜ਼ਿਆਂ ਦੇ ਅੰਦਰ ਕਰਕੇ ਰੱਖ ਦਿੱਤੀ ਸੀ ਕਰੋਨਾ ਨੇ ਤੇ ਸਾਰੀ ਦੁਨੀਆ ਦੇ ਵਿੱਚ ਇਕਨੋਮੀ ਦਾ ਜੋ ਹਾਲ ਹੋਇਆ ਕਮਾਕਾਰਾਂ ਦਾ ਜੋ ਹਾਲ ਹੋਇਆ ਕਈ ਲੋਕ ਬੇਰੋਜ਼ਗਾਰ ਹੋਏ ਨੌਕਰੀਆਂ ਛੱਡੀਆਂ ਗਈਆਂ ਕਈ ਇੰਡਸਟਰੀਜ਼ ਬੰਦ ਹੋ ਗਈਆਂ ਐਗਰੀਕਲਚਰ ਦਾ ਕਿਆ ਬੁਰਾ ਹਾਲ ਹੋਇਆ ਹੈ ਮਤਲਬ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖੀਏ ਕੋਈ ਇਨਸਾਨੀ ਜ਼ਿੰਦਗੀ ਕੀ ਹੋਈ ਪੂਰੀ ਲਾਈਫ ਹੀ ਚਾਹੇ ਪਸ਼ੂ ਪੰਛੀ ਨੇ ਸਭ ਦੀ ਲਾਈਫ ਹਾਂ ਖਰਾਬ ਹੋਈ ਅਸੀਂ ਦੇਖੇਗਾ ਕੁਦਰਤ ਸਾਫ਼ ਹੋ ਗਈ ਕਿਉਂਕਿ ਇਨਸਾਨ ਦੀ ਦਖਲਅੰਦਾਜ਼ੀ ਘਟ ਗਈ ਕੁਦਰਤ ਦੇ ਵਿੱਚ ਇੱਕ ਅੱਛਾ ਅਸਪੈਕਟ ਵੀ ਰਿਹਾ ਜੇ ਹਮੇਸ਼ਾ ਇਨਸਾਨ ਵਧੀਆ ਬਣਿਆ ਰਹੇ कुदरत साफ सुथरी रहे पर आप गल करते हैं करोना की जो उसने सारे खतरे पैदा किए हम ओमीक्रोन तो ज़्यादा लगता है कि खतरा है पर कई माहिर कि ओमीक्रोन तो डरन की लड़ नहीं है क्योंकि साढ़े को वैक्सीनेशन मौजूद है होवे ना होक्सीनेशन न ही कंट्रोल कर लवेंगे ओमीक्रोन पर फिर भी जिस तरह तीन दस कि कई देशों मिले ने केसिस भारत केसिस मिले इस करके भारत के एक तरह हाई अलर्ट जारी कर दिता गया है ਤਕਈਂ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਜੀ ਓਮਿਕਰੋਨ ਦੇ ਕਰਕੇ ਜਿਹੜੇ ਬਹੁਤ ਸਾਰੇ ਦਿਸ਼ਾ ਨਿਰਦੇਸ਼ ਨੇ ਉ ਦਿੱਤੇ ਜਾ ਰਹੇ ਨੇ ਸੋ ਉੱਥੇ ਭਾਰਤ ਨੇ ਵੀ ਇੱਕ ਦਿਸ਼ਾ ਨਿਰਦੇਸ਼ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਜੇ ਤੁਸੀਂ ਭਾਰਤ ਤੋਂ ਅਮਰੀਕਾ ਭਾਰਤ ਤੋਂ ਕੈਨੇਡਾ ਬ੍ਰਿਟੇਨ ਜਾਂ ਯੂਏਈ ਜਾਣਾ ਹੈ ਤਾਂ ਤੁਹਾਨੂੰ ਉਹਦੇ ਵਾਸਤੇ ਟਿਕਟ ਜਿਹੜੀ ਹੈ ਦੁੱਗਣੇ ਪੈਸੇ ਖਰਚਣੇ ਪੈਣਗੇ ਟਿਕਟ ਤਾਂ ਤੁਸੀਂ ਖਰੀਦਣੀ ਹੈ ਜੇ ਬਾਹਰ ਜਾਣਾ ਤਾਂ ਪੈਸੇ ਲੱਗਣੇ ਨੇ ਪਰ ਉਹ ਦੁੱਗਣੇ ਹੋ ਕੇ ਲੱਗਣੇ ਨੇ ਤੇ ਉੱਥੇ ਹੀ 6 ਘੰਟੇ ਦਾ ਜਿਹੜਾ ਸਮਾਂ ਹੈ ਤੁਹਾਨੂੰ ਘੱਟੋ ਘੱਟ 6 ਘੰਟੇ 에ਅਰਪੋਰਟ ਤੇ ਵੀ ਬਿਤਾਉਣਾ ਪੈਣਾ ਹੈ ਕਿਉਂਕਿ ਤੁਹਾਡੀ ਚੈਕਿੰਗ ਹੋਏਗੀ ਟੈਸਟ ਹੋਣਗੇ ਸੋ ਓਮਿਕਰੋਨ ਕਰਕੇ ਇਹ ਸਾਰੀ ਗੜਬੜ ਪੈਦਾ ਹੋ ਰਹੀ ਹੈ ਯਾਤਰੀਆਂ ਨੂੰ ਕਿੰਨੀ ਅਸੁਵਿਧਾ ਹੋਏਗੀ ਪਰ ਕੀ ਕੀਤਾ ਜਾਵੇ ਗਵਰਨਮੈਂਟਸ ਵੀ ਮਜਬੂਰ ਨੇ ਕਿਉਂਕਿ ਕੋਈ ਨਾ ਕੋਈ ਸਟੈਪ ਤੇ ਚੁੱਕਣਾ ਪਏਗਾ ਕਿਉਂਕਿ ਪਿਛਲਾ ਜੋ ਐਕਸਪੀਰੀਅੰਸ ਹੈ ਕਰੋਨਾ ਕਰਕੇ ਉਸ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਕਰਕੇ ਇਸ ਕਰਕੇ ਇਹ ਸਾਰੀ ਸਿਕਿਉਰਿਟੀ ਵੀ ਟਾਈਟ ਹੈ ਤੇ ਓਮਿਕਰੋਨ ਨੂੰ ਖਾਸ ਕਰਕੇ ਫੋਕਸ ਕਰਕੇ ਚੱਲਣਾ ਪਏਗਾ ਬਿਲਕੁਲ ਔਰ ਠੀਕ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੀਆਂ ਜੋ ਅਥਾਰਟੀਆਂ ਨੇ एयरपोर्ट ਦੀਆਂ ਉਹਨਾਂ ਨੇ ਵੀ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਜੋ ਵੀ ਵਿਦੇਸ਼ੀ ਯਾਤਰੀ ਆਉਣਗੇ ਉਹਨਾਂ ਦੇ ਬਕਾਇਦਾ ਟੈਸਟ ਹੋਣਗੇ ਔਰ ਉਹਨਾਂ ਨੂੰ ਵੀ ਲਗਭਗ 6 ਘੰਟੇ ਬਿਤਾਉਣੇ ਪੈਣਗੇ ਐਟ 에어ਪੋਰਟ ਦੇ ਉੱਤੇ ਔਰ ਇਹ ਵੀ ਓਮਿਕਰੋਨ ਕਰਕੇ ਹੋ ਰਿਹਾ ਹੈ ਜੀ ਉੱਥੇ ਕੈਨੇਡਾ ਨੇ ਵੀ ਕੁਝ ਲਿਸਟ ਜਿਹੜੀ ਆਪਣੀ ਬਣਾ ਲਈ ਹੈ ਦਿਸ਼ਾ ਨਿਰਦੇਸ਼ਾਂ ਦੀ ਉਹਨਾਂ ਨੇ ਵੀ ਕਹਿ ਦਿੱਤਾ ਜੇ ਕਿਸੇ ਨੇ ਟੀਕਾ ਨਹੀਂ ਲਗਵਾਇਆ ਤਿੱਤੋ ਵੀ ਉਪਾਵੇਂ ਰੇਲ ਗੱਡੀ ਦੇ ਜ਼ਰੀਏ ਆ ਰਹੇ ਨੇ ਜਾਂ ਫਿਰ ਹਵਾਈ ਯਾਤਰਾ ਦੇ ਜ਼ਰੀਏ ਆ ਰਹੇ ਨੇ ਉਹਦਾ ਘਰ ਉਹਨਾਂ ਨੇ ਟੀਕਾ ਨਹੀਂ ਲਗਵਾਇਆ ਤਾਂ ਉਹਨਾਂ ਦੀ ਐਂਟਰੀ ਬੈਨ ਹੋ ਜਾਏਗੀ ਬਿਲਕੁਲ ਉਹ ਅਜਿਹਾ ਹੀ ਬੈਨ ਹੋਣ ਜਾ ਰਹੀ ਹੈ ਬਿਲਕੁਲ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਓਮਿਕਰੋਨ ਨੇ ਬਹੁਤ ਜ਼ਿਆਦਾ ਹੀ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਪਤਾ ਨਹੀਂ ਇਹਦੇ ਵਿੱਚ ਕਿੰਨੀ ਤਾਕਤ ਹੈ ਜਿਸ ਤਰ੍ਹਾਂ ਸੁਖਦੀਪ ਕਹਿ ਰਹੇ ਸੀਗੇ ਕਿ ਕਰੋਨਾ ਦਾ ਬਾਪ ਆ ਰਿਹਾ ਹੈ ਹੁਣ ਇਹ ਤਾਂ ਟਾਈਮ ਦੱਸੇਗਾ ਕਿ ਬਾਪ ਆ ਰਿਹਾ ਕਿ ਉਹਦਾ ਬੇਟਾ ਹੀ ਹੈ ਕਿ ਉਸੇ ਨਹੀਂ ਤਾਕਤ ਹੈ ਕਿ ਨਹੀਂ ਹੈ ਪਰ ਜੋ ਵੀ ਹੈ ਡਰ ਜ਼ਰੂਰ ਹੈ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜੋ ਅਥਾਰਟिटीज ਨੇ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਇਹਨੂੰ ਮਤਲਬ ਅਸੀਂ ਹਲਕੇ 'ਚ ਨਹੀਂ ਲੈਣਾ ਹੈਗਾ ਕਿ ਸਾਡੇ ਕੋਲ ਕਰੋਨਾ ਦੀ ਵੈਕਸੀਨੇਸ਼ਨ ਮੌਜੂਦ ਹੈ ਤਾਂ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਠੀਕ ਹੈ ਉਹ ਇੱਕ ਅੱਛਾ ਸਾਈਨ ਹੋ ਸਕਦਾ ਹੈ ਔਰ ਐਸਾ ਹੋ ਜਾਏ ਤਾਂ ਬਹੁਤ ਹੀ ਵਧੀਆ ਹੈ ਫਿਰ ਵੀ ਹਲਕੇ 'ਚ ਨਹੀਂ ਲੈਣਾ ਕਿਉਂਕਿ ਅੱਜ ਤੱਕ ਅਸੀਂ ਸਾਨੂੰ ਪੂਰੀ ਜਾਣਕਾਰੀ ਨਹੀਂ ਹੈ ਇਸ ਕਰਕੇ ਇਨੂੰ ਬਿਲਕੁਲ ਸੀਰੀਅਸਲੀ ਲੈਣਾ ਹੈ ਤਾਂ ਕਿ ਵਿਗਿਆਨਿਕ ਵੀ ਖੋਜ ਕਰ ਸਕਣ ਤੇ ਫਾਈਜ਼ਰ ਕੰਪਨੀ ਨੇ ਕਿਹਾ ਹੈ ਕਿ ਐਸੀ ਜਲਦੀ ਹੀ ਐਦਾ ਵੀ ਤੋੜ ਲੱਭ ਲਵਾਂਗੇ ਤੇ ਇਹਦੇ ਵਾਸਤੇ ਵੀ ਵੈਕਸੀਨੇਸ਼ਨ ਤਿਆਰ ਕਰ ਲਵਾਂਗੇ ਬਹੁਤ ਵਧੀਆ ਗੱਲ ਹੈ ਐਸਾ ਹੋ ਜਾਂਦਾ ਤਾਂ ਪੂਰਾ ਵਰਡ ਇਸਨੂੰ ਕੰਟਰੋਲ ਕਰ ਸਕੇਗਾ ਸੋ ਵਕ ਵਕ ਦੇਸ਼ਾਂ ਦੇ ਵਿੱਚ ਖਾਸ ਕਰਕੇ ਦੱਖਣੀ ਅਫਰੀਕਾ ਦੇ ਵਿੱਚ ਜੋ ਇਹ ਸਬ ઓਮਿਕਰੋਨ ਦਾ ਵੇਰੀਐਂਟ ਚੱਲ ਰਿਹਾ ਹੈ ਬਹੁਤ ਜ਼ਿਆਦਾ ਕੇਸਿਸ ਵਧੇ ਹੋਏ ਨੇ ਫਾਈਜ਼ਰ ਕੰਪਨੀ ਕੁਝ ਐਸਾ ਲੱਭ ਲੈਂਦੀ ਹੈ ਤਾਂ ਹੋਵੇ ਨਾ ਹੋਵੇ ਕਿ ਗਵਰਨਮੈਂਟਸ ਉੱਥੇ ਹੀ ਭੇਜਣਗੇ ਸਭ ਤੋਂ ਪਹਿਲਾਂ ਕਿਉਂਕਿ ਜਿੱਥੇ ਵੀ ਇਹ ਬਿਮਾਰੀ ਹੈ ਜਿੱਥੇ ਵੀ ਇਸ ਮੁਸੀਬਤ ਦੀ ਜੜ ਹੈ ਉਨੂੰ ਜੜੋਂ ਉੱਥੇ ਹੀ ਖਤਮ ਕਰ ਦਿੱਤਾ ਜਾਵੇ। ਬਿਲਕੁਲ ਕਿਉਂਕਿ ਜਦੋਂ ਕਰੋਨਾ ਆਇਆ ਸੀ ਉਦੋਂ ਕਿਸੇ ਨੂੰ ਹੱਲ ਕੋਈ ਉਸ ਦਾ ਤੋੜ ਨਹੀਂ ਲੱਭ ਰਿਹਾ ਸੀ ਕਿ ਵੈਕਸੀਨੇਸ਼ਨ ਫਸਟ ਟਾਈਮ ਬਣਾਣੀ ਸੀ ਸਭ ਨੇ ਸੋ ਵੈਕਸੀਨੇਸ਼ਨ ਬਣਾਉਣ ਦੇ ਵਾਸਤੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਵੇਂ ਬਣੇਗੀ ਜਾਂ ਕਿਵੇਂ ਇਸ ਨੂੰ ਅਪਲਾਈ ਕਰਨਾ ਸੋ ਫਸਟ ਟਾਈਮ ਜਿਹੜੀ ਚੂਜ਼ ਸੀ ਚੀਜ਼ ਨੂੰ ਯੂਜ਼ ਕਰਨਾ ਹੁੰਦਾ ਉਹਦੇ ਤੇ ਸੋ ਉਹਨੂੰ ਬਹੁਤ ਵਾਰ ਸੋਚਣਾ ਪੈਂਦਾ ਹੁਣ ਇੱਕ ਵਾਰੀ ਤਾਂ ਵੈਕਸੀਨੇਸ਼ਨ ਬਣ ਗਈ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਦੂਸਰੀ ਵੈਕਸੀਨੇਸ਼ਨ ਓਮਿਕਰੋਨ ਵਾਸਤੇ ਬਣੇਗੀ ਉਹ ਵੀ ਬਹੁਤ ਜਲਦੀ ਬਣ ਜਾਏਗੀ। ਬਿਲਕੁਲ ਵਾਖ ਵਖ ਦੇਸ਼ਾਂ ਨੇ ਜਿਥੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉੱਥੇ ਆਸਟ੍ਰੇਲੀਆ ਕਿਵੇਂ ਪਿੱਛੇ ਰਹਿ ਸਕਦਾ ਹੈ ਸੋ ਆਸਟ੍ਰੇਲੀਆ ਸਰਕਾਰ ਨੇ ਵੀ ਦਿਸ਼ਾ ਨਿਰਦੇਸ਼ ਜੜੇ ਨੇ ਉਹ ਜਾਰੀ ਕਰ ਦਿੱਤੇ ਨੇ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਹੜੇ ਆਸਟ੍ਰੇਲੀਆ ਤੋਂ ਭਾਰਤ ਜਾਣਾ ਚਾਹੁੰਦੇ ਨੇ ਬਿਲਕੁਲ ਜੀ 14 ਦਿਨਾਂ ਦੀ ਆਪਣੀ ਸਾਰੀ ਰਿਪੋਰਟ ਤੁਹਾਨੂੰ ਅਪਲੋਡ ਕਰਨੀ ਪਵੇਗੀ ਉਹਨਾਂ ਦੀਆਂ ਸਾਈਟਸ ਦੇ ਉੱਤੇ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾ ਨਾ ਰਹੇ ਕਿਉਂਕਿ ਭਾਰਤ ਸਰਕਾਰ ਵੀ ਕਿਸੇ ਤਰ੍ਹਾਂ ਦੀ ਕੋਈ ਰਿਸਕ ਵਾਲੀ ਗੱਲ ਨਹੀਂ ਰੱਖਣਾ ਚਾਹੁੰਦੀ ਆਸਟ੍ਰੇਲੀਆ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਸੋ ਗੱਲ ਮੁੱਕਦੀ ਉਹੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਕਈ ਦੇਸ਼ਾਂ ਦੇ ਵਿੱਚ ਪੰਜਵੀਂ ਲਹਿਰ ਦਾ ਵੀ ਖਤਰਾ ਪੈਦਾ ਹੋ ਗਿਆ ਹੈ ਕੈਨੇਡਾ ਵੀ ਬਹੁਤ ਜ਼ਿਆਦਾ ਸੀਰੀਅਸ ਹੈ ਇਸ ਗੱਲ ਨੂੰ ਲੈ ਕੇ ਉਹ ਵੀ ਨਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ ਖਾਸ ਕਰਕੇ ਦੇਖੋ ਨਾ ਸਟੂਡੈਂਟਸ ਦੇ ਵਾਸਤੇ ਵੀ ਹੁਣ ਕਾਫੀ ਅਟਰੈਕਸ਼ਨ ਦਾ ਕੇਂਦਰ ਬਣਿਆ ਹੈ ਹੁਣ ਪਿੱਛੇ ਜੇ ਰਾਹ ਖੁੱਲੇ ਸੀ ਫਿਰ ਤੋਂ ਰਾਹ ਬੰਦ ਹੋਣ ਲੱਗੇ ਨੇ ਸੋ ਗੱਲ ਇਹ ਹੈ ਕਿ ਇਹ ਬੜਾ ਦੁਖਦਾਈ ਵੀ ਹੈ ਸਰਪ੍ਰਾਈਜ਼ਿੰਗ ਵੀ ਹੈ ਕਿ ਕਿਤੇ ਇੰਨੀ ਦੇਰ ਬਾਅਦ ਪੂਰੀ ਦੁਨੀਆ ਖੁੱਲਣ ਲੱਗੀ ਕਿ ਕਰੋਨਾ ਨੂੰ ਅਸੀਂ ਫੜ ਲਿਆ ਕਰੋਨਾ ਨੂੰ ਅਸੀਂ ਨੱਪ ਲਿਆ ਹੁਣ ਕਰੋਨਾ ਨੂੰ ਅਸੀਂ ਉੱਠਣ ਨਹੀਂ ਦੇਣਾ ਜੀ ਫੇਰ ਜਾ ਕੇ ਉਹੀ ਨਮਾ ਉਮੀਕਰੋਨ ਆ ਗਿਆ ਹੈ ਸੋ ਫਿਰ ਤੋਂ ਹੀ ਫਲਾਈਟਸ ਰੱਦ ਫਿਰ ਤੋਂ ਹੀ ਸਟੂਡੈਂਟਸ ਵਾਸਤੇ ਮੁਸ਼ਕਲਾਂ ਫਿਰ ਤੋਂ ਹੀ ਮਾਈਗ੍ਰੈਂਟਸ ਵਾਸਤੇ ਮੁਸ਼ਕਲਾਂ ਜੋ ਵਰਕਿੰਗ ਵੀਜ਼ਾ ਤੇ ਜਾਣਾ ਜਾਂਦੇ ਨੇ ਉਹਨਾਂ ਵਾਸਤੇ ਮੁਸ਼ਕਲਾਂ ਯਾਤਰੀਆਂ ਵਾਸਤੇ ਮੁਸ਼ਕਲਾਂ 6-6 ਘੰਟੇ ਦੀ ਸਾਨੂੰ ਉੱਥੇ ਸਟੇ ਹੈ ਉੱਥੇ ਚੈਕਿੰਗ ਹੋਏਗੀ ਉਸ ਤੋਂ ਇਲਾਵਾ ਸਾਨੂੰ 14 ਦਿਨ ਪਹਿਲਾਂ ਦੀਆਂ ਸਾਰੀਆਂ ਰਿਪੋਰਟਸ ਦੇਣੀਆਂ ਪੈਣਗੀਆਂ ਸਾਡੀਆਂ ਰਿਪੋਰਟਸ ਨੈਗੇਟਿਵ ਹੋਣੀਆਂ ਚਾਹੀਦੀਆਂ ਨੇ ਔਰ ਇੱਥੇ ਕੀ ਹੋਇਆ ਹੈ ਕੈਨੇਡਾ ਦੇ 에ਰਪੋਰਟ ਤੇ 106 ਜੋ ਇਹ ਰਿਪੋਰਟਸ ਨੇ ਕਰੋਨਾ ਨੂੰ ਲੈ ਕੇ ਨੈਗੇਟਿਵ ਰਿਪੋਰਟਸ ਜਿਹੜੀਆਂ ਸੀ ਉਹ ਝਾਲੀ ਨੇ ਉਹ ਐਕੂਰੇਟ ਨਹੀਂ ਹੈਗੀਆਂ ਉਹਨਾਂ ਲੋਕਾਂ ਨੂੰ ਕਰੋਨਾ ਸੀ ਪਰ ਉਹ ਜਾਲੀ ਰਿਪੋਰਟਸ ਉਹਨਾਂ ਨੇ ਪੇਸ਼ ਕੀਤੀਆਂ ਜੋ ਬਾਅਦ ਵਿੱਚ ਫੜੀਆਂ ਗਈਆਂ ਜੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਮੈਨੂੰ ਲੱਗਦਾ ਹੈ ਮੁਸਾਫ ਜਿਹੜੇ ਮੁਸਾਫਰ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਸੀਂ ਸਫ਼ਰ ਕਰ ਰਹੇ ਹਾਂ ਜੇਸੀਂ ਆਪਣਾ ਪੋਜ਼ਿਟਿਵ ਟੈਸਟ ਹੋਣ ਦੇ ਬਾਵਜੂਦ ਅਸੀਂ ਨੈਗੇਟਿਵ ਰਿਪੋਰਟ ਪੇਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਆਪ ਨੂੰ ਬਚਾਅ ਕਰ ਲਾਂਗੇ ਕਿਤੇ ਨਾ ਕਿਤੇ ਹੋਰ ਸਾਰੇ ਲੋਕ ਵੀ ਜਿਹੜੇ ਸਾਡੇ ਟੱਚ ਦੇ ਵਿੱਚ ਆਉਣਗੇ ਤਾਂ ਉਹ ਖਤਰਾ ਵਧੇਗਾ ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਹੈ ਸਾਨੂੰ ਵੀ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਥੋੜਾ ਟਾਈਮ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਸੇਰੀ ਆਪਣਾ ਸਫਰ ਸ਼ੁਰੂ ਕਰੋ ਬਿਲਕੁਲ ਜੀ ਤੁਸੀਂ ਦੂਸਰਿਆਂ ਵਾਸਤੇ ਕਿਉਂ ਖਤਰਾ ਪੈਦਾ ਕਰ ਰਹੇ ਹੋ ਕਾਮਨ ਸੈਂਸ ਦੀ ਜ਼ਰੂਰਤ ਹੈ ਹੋਰ ਸਿਆਣੇ ਕਹਿੰਦੇ ਨੇ ਕਿ ਕਾਮਨ ਸੈਂਸ ਇਜ਼ ਦੀ ਮੋਸਟ ਅਨ ਕਾਮਨ ਥਿੰਗ ਇਨ ਦੀ ਵਰਡ ਮਤਲਬ ਹਮ ਤੋ ਡੂਬੇਗੇ ਸ਼ਰਮ ਤੁਮੇ ਵੀ ਲੈ ਕੇ ਡੂਬੇਗੇ ਸੋ ਇਹ ਵਾਲਾ ਹਿਸਾਬ ਹੋ ਗਿਆ ਮਤਲਬ ਜੇ ਤੁਹਾਨੂੰ ਕਰੋਨਾ ਹੈ ਪੋਜ਼ਿਟਿਵ ਰਿਪੋਰਟ ਹੈ ਤਾਂ ਕਾਲੀ ਕਾਦੀ ਪਈ ਹੋਈ ਹੈ ਆਰਾਮ ਕਰੋ ਨਾ ਤੁਸੀਂ ਉਹਨੂੰ ਜਦੋਂ ਤੱਕ ਦਰੁਸਤ ਨਹੀਂ ਕਰ ਲੈਂਦੇ ਆਪਣਾ ਟ੍ਰੀਟਮੈਂਟ ਨਹੀਂ ਲੈ ਲੈਂਦੇ ਦੂਸਰੇ ਵਾਸਤੇ ਖਤਰਾ ਕਿਉਂ ਬਣਦੇ ਹੋ ਕਿਉਂ ਤੁਸੀਂ ਗਲਤ ਰਿਪੋਰਟ ਨੈਗੇਟਿਵ ਰਿਪੋਰਟ ਲੈ ਕੇ ਆਏ ਜੋ ਝਾਲੀ ਹੈ ਫੜੇ ਗਏ ਹੋ ਤੁਹਾਡੇ ਉਤੇ ਕਾਰਵਾਈ ਹੋਣੀ ਹੈ ਔਰ ਕਾਰਵਾਈ ਬਣਦੀ ਵੀ ਹੈ ਕਿਉਂਕਿ ਐਸੀ ਇਨੀ ਮੁਸ਼ਕਿਲ ਬਚਦੇ ਪਏ ਹਾਂ ਔਰ ਓਮਿਕਰੋਨ ਦਾ ਖਤਰਾ ਪੈਦਾ ਹੋਇਆ ਹੈ ਤੇ ਤੁਸੀਂ ਜਾ ਕੇ ਫਿਰ ਜਾਲੀ ਰਿਪੋਰਟਰ ਮਤਲਬ ਕਦੋਂ ਬਾਜ਼ ਆਵਾਂਗੇ ਐਸੇ ਗਲਤ ਕੰਮ ਕਰਨ ਤੋਂ ਜੀ ਜੇ ਮੈਨੂੰ ਲੱਗਦਾ ਇੱਕ ਮੁਸਾਫਿਰ ਪੋਜ਼ਿਟਿਵ ਆਉਣ ਦੇ ਨਾਲ 5-7 ਹੋਰ ਉਹਦੇ ਨਾਲ ਟੱਚ ਦੇ ਵਿੱਚ ਆ ਕੇ ਜੇ ਵੱਧਦੇ ਨੇ ਕੇਸ ਜੇ ਜਿੱਦਾਂ ਤੁਸੀਂ ਦੱਸਿਆ ਕਿ 160 ਦੇ ਕਰੀਬ ਜਿਹੜੀਆਂ ਰਿਪੋਰਟਸ ਨੇ ਉਹ 네ਗੇਟਿਵ ਹੁੰਨ ਦੇ ਬਾਵਜੂਦ ਪੋਜ਼ਿਟਿਵ ਸਿਗੀਆਂ ਪਰ ਉਹਨਾਂ ਨੇ ਝੂਠੀਆਂ ਰਿਪੋਰਟਸ ਪੇਸ਼ ਕੀਤੀਆਂ 160 ਦੇ ਟੱਚ ਦੇ ਵਿੱਚ ਕਿੰਨੇ ਲੋਕ ਆਏ ਹੋਣਗੇ ਤਾਂ ਉਹਦੇ ਨਾਲ ਕਿੰਨੀ ਜ਼ਿਆਦਾ ਸੰਖਿਆ ਦੇ ਵਿੱਚ ਪੋਜ਼ਿਟਿਵ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਹੋਣਗੇ ਬਿਲਕੁਲ ਸਹੀ ਗੱਲ ਹੈ ਇਸ ਕਰਕੇ ਜਿੱਥੇ ਵੀ ਕਿਤੇ ਸਮੱਸਿਆ ਹੈ ਜਿੱਥੇ ਵੀ ਕਿਤੇ ਟਰਬਲ ਹੈ ਆਪਣਾ ਪੂਰਾ ਡਾਕਟਰੀ ਇਲਾਜ ਕਰਵਾਓ ਆਪਣੀ ਜਾਂਚ ਕਰਵਾਓ ਤੇ ਆਪਣੇ ਆਪ ਨੂੰ ਵੀ ਬਚਾਓ ਤੇ ਦੂਸਰਿਆਂ ਨੂੰ ਵੀ ਬਚਾ ਕੇ ਰੱਖੋ ਕਿਉਂਕਿ ਜਦੋਂ ਅਸੀਂ ਸਾਵਧਾਨ ਹਾਂ ਉਦੋਂ ਅਸੀਂ ਸੁਰੱਖਿਅਤਾਂ ਤੇ ਓਮਿਕਰੋਨ ਤੋਂ ਵੀ ਬਚਣਾ ਹੈ ਔਰ ਜੋ ਪੁਰਾਣਾ ਕੋਈ ਕੇਸ ਕਰੋਨਾ ਦਾ ਵੀ ਹੈ ਉਸ ਨੂੰ ਵੀ ਅਸੀਂ ਟ੍ਰੀਟਮੈਂਟ ਜ਼ਰੂਰ ਲੈਣਾ ਹੈ ਜੀ ਸੋ ਇੱਕ ਪਾਸੇ ਤਾਂ ਇੱਕ ਕੁਦਰਤੀ ਕਹਿਰ ਹੈ ਦੂਸਰੇ ਪਾਸੇ ਸਾਡੀ ਆਪਣੀਆਂ ਗਲਤੀਆਂ ਹੁਣ ਜੋ ਗਨ ਕਲਚਰ ਅਮਰੀਕਾ ਦੇ ਵਿੱਚ ਹੈ ਪਿੱਛੇ ਜੇ ਇਹ ਸਾਰੀਆਂ ਗੱਲਾਂ ਬਾਤਾਂ ਆਈਆਂ ਕਿ ਗਨ ਕਲਚਰ ਨੂੰ ਕੰਟਰੋਲ ਕੀਤਾ ਜਾਵੇ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ ਜੋ ਪੁਰਾਣੀ ਵਿਰਾਸਤ ਚੱਲੀ ਆ ਰਹੀ ਹੈ ਗਨ ਰੱਖਣ ਦੀ ਅਮਰੀਕਾ ਦੇ ਕਲਚਰ ਦੇ ਵਿੱਚ ਉਸ ਨੂੰ ਸਟਾਪ ਕੀਤਾ ਜਾ ਕਿਉਂਕਿ ਬਹੁਤ ਜ਼ਿਆਦਾ ਖਤਰਾ ਪੈਦਾ ਹੋ ਗਿਆ ਹੈ ਹੁਣ ਫਿਰ ਇੱਕ ਸਕੂਲ ਦੇ ਵਿੱਚ ਫਿਰ ਗੋਲੀਬਾਰੀ ਹੋਈ ਹੈ ਜ਼ਖਮੀ ਵੀ ਹੋਏ ਨੇ ਡੈੱਥ ਵੀ ਹੋਈਆਂ ਨੇ ਜੀ ਸੋ ਇਹ ਕਦੋਂ ਤੱਕ ਚਲਦਾ ਰਹੇਗਾ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਐਸੀ ਕਿਹੜੀ ਗੱਲ ਹੈ ਕਿ ਉਹ ਗਨਸ ਲੈ ਕੇ ਨਿਕਲ ਪੈਂਦੇ ਨੇ ਤੇ ਕਿਸ ਗੱਲ ਦੇ ਉੱਤੇ ਉਹ ਸ਼ੂਟ ਕਰਨਾ ਸ਼ੁਰੂ ਕਰ ਦਿੰਦੇ ਨੇ ਫਿਲਮਾਂ ਵੀ ਵੈਸੀਆਂ ਐ ਐਕਸ਼ਨ ਮੂਵੀਜ਼ ਉਹਦੇ ਵਿੱਚ ਹੀ ਕੁਝ ਵੀਡੀਓ ਗੇਮਸ ਵੀ ਵੈਸੀਆਂ ਹੀ ਜਿਦੇ ਵਿੱਚ ਐਕਸ਼ਨ ਹੈ ਕਿਲਿੰਗਸ ਨੇ ਸੋ ਆਨਲਾਈਨ ਗੇਮਸ ਵੀ ਵੈਸੀਆਂ ਨੇ ਜਿਦੇ ਵਿੱਚ ਐਕਸ਼ਨ ਹੈ ਕਿਲਿੰਗ ਹੈ ਔਰ ਕਈ ਸਾਈਟਸ ਐਸੀਆਂ ਨੇ ਜਿੱਥੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਪਿਸਟੋਲ ਦੇ ਗਨਸ ਦੇ ਪੁਰਜ਼ੇ ਉਹ ਫਿਰ ਕਰ ਮੰਗਵਾ ਕੇ ਉਹਨੂੰ ਤੁਸੀਂ ਕਲੈਬੋਰੇਟ ਕਰਕੇ ਗਨ ਬਣਾ ਸਕਦੇ ਹੋ ਪਿਸਟੋਲ ਬਣਾ ਸਕਦੇ ਹੋ ਤੇ ਫਾਇਰਿੰਗ ਕਰ ਸਕਦੇ। ਮੈਨੂੰ ਲੱਗਦਾ ਹੈ ਇਸ ਚੀਜ਼ ਨੂੰ ਲੈ ਕੇ ਵੀ ਕੋਈ ਨਾ ਕੋਈ ਕਾਨੂੰਨ ਜੜਾ ਹੈ ਜ਼ਰੂਰ ਹੋਣਾ ਚਾਹੀਦਾ ਕਿ ਸ਼ਰਿਆਮ ਗਨ ਲੈ ਕੇ ਜਾਣਾ ਖਾਸ ਕਰਕੇ ਬੱਚਿਆਂ ਦੇ ਵਾਸਤੇ ਸ਼ਰਿਆਮ ਗਨ ਲੈ ਕੇ ਜਾਣਾ ਇੱਕ ਉਸ ਜਗ੍ਹਾ ਤੇ ਗਨ ਲੈ ਕੇ ਜਾਣਾ ਸੁਰੱਖਿਆਤਾ ਕਿਸੇ ਦੇ ਵਾਸਤੇ ਵੀ ਨਹੀਂ ਹੈ ਜਿੱਥੇ ਬੱਚੇ ਪੜ੍ਹਦੇ ਨੇ, ਛੋਟੇ ਬੱਚੇ ਵੀ ਆਉਂਦੇ ਨੇ, ਵੱਡੇ ਬੱਚੇ ਵੀ ਆਉਂਦੇ ਨੇ, ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਅਨਗੈਲੀ ਦੇ ਨਾਲ ਜੇ ਕਿਤੇ ਗੋਲੀਬਾਰੀ ਚੱਲ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਜਿਵੇਂ ਇੱਕ ਸਕੂਲ ਦੇ ਵਿੱਚ ਤੁਸੀਂ ਦੱਸ ਦਿੱਤਾ ਕਿ ਗੋਲੀਬਾਰੀ ਹੋਈ ਹੈ ਉੱਥੇ ਮੌਤ ਵੀ ਹੋਈਆਂ ਨੇ ਜ਼ਖਮੀ ਵੀ ਹੋਏ ਨੇ ਸੋ ਇਹ ਚੀਜ਼ਾਂ ਕਦੋਂ ਤੱਕ ਬਾਜ਼ ਆਉਣਗੀਆਂ ਬਿਲਕੁਲ ਸਹੀ ਗੱਲ ਹੈ ਪਤਾ ਨਹੀਂ ਕੀ ਚੀਜ਼ ਹੈ ਦਿਮਾਗ ਦੇ ਵਿੱਚ ਕਿਹੜਾ ਇਮੇਜਿਨੇਸ਼ਨ ਹੈ ਇੰਨਾ ਖਤਰਨਾਕ ਇਮੇਜਿਨੇਸ਼ਨ ਕਿ ਤੁਸੀਂ ਜਾ ਕੇ ਇਨਸਾਨਾਂ ਦੇ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੰਦੇ ਹੋ ਇੱਥੇ ਤੇ ਸ਼ਿਕਾਰ ਦੇ ਉੱਤੇ ਵੀ ਬੈਨ ਹੈ ਕਿ ਤੁਸੀਂ ਕਿਸੇ ਜਾਨਵਰ ਨੂੰ ਵੀ ਨਹੀਂ ਮਾਰ ਸਕਦੇ ਕਿਸੇ ਪੰਛੀ ਪੰਰੀਂਦੇ ਨੂੰ ਵੀ ਨਹੀਂ ਮਾਰ ਸਕਦੇ ਜਾ ਕੇ ਇਨਸਾਨਾ ਦੇ ਉੱਤੇ ਗੋਲੀ ਚਲਾਉਂਦੇ ਹੋ ਇਹਦਾ ਮਤਲਬ ਤੁਹਾਡੀ ਸੋਚ ਬਿਮਾਰ ਹੈ ਬਿਲਕੁਲ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਸੋਚ ਡਿਵੈਲਪ ਹੋ ਗਈ ਹੈ ਅੱਜ ਦੀ ਜਨਰੇਸ਼ਨ ਦੇ ਅੰਦਰ ਕਿ ਤੁਸੀਂ ਜਾ ਕੇ ਇਸ ਤਰ੍ਹਾਂ ਗੋਲੀ ਚਲਾ ਸਕਦੇ ਹੋ ਜੀ ਸੋ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਹੈ ਪੇਰੈਂਟਸ ਦੇ ਵਿੱਚ ਕੋਈ ਕਮੀ ਹੈ ਸਕੂਲਸ ਦੀ ਐਜੂਕੇਸ਼ਨ ਦੇ ਵਿੱਚ ਕੋਈ ਕਮੀ ਹੈ ਕਮੀ ਕਿੱਥੇ ਹੈ ਜੋ ਇਹ ਬਿਮਾਰ ਸੋਚ ਪੈਦਾ ਹੋਈ ਜਿਸ ਨੇ ਦੂਸਰੇ ਲੋਕਾਂ ਵਾਸਤੇ ਖਤਰਾ ਪੈਦਾ ਕਰ ਦਿੱਤਾ ਦੇਖੀਏ ਤਾਂ ਫਿਲਮਸ ਦੇਖ ਕੇ ਨਾ ਇਹ ਸਾਨੂੰ ਗਲੈਮਰਾਇਜ਼ ਲੱਗਦਾ ਹੈ ਠਾ 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 ਗੋਲੀ ਚਲਾ ਰਹੇ ਆਂ ਅਤੇ ਉਸੇ ਤਰ੍ਹਾਂ ਅਸੀਂ ਗੇਮਸ ਦੇਖਦੇ ਆਂ ਮਤਲਬ ਇਹ ਗਲੈਮਰਾਇਜ਼ ਹੈ ਇਹ ਪੈਸ਼ਨ ਹੈ ਗੋਲੀਆਂ ਚਲਾਉਣਾ ਇਸ ਤਰ੍ਹਾਂ ਦੀ ਸੋਚ ਸਰਕਾਰ ਵਾਸਤੇ ਵੀ ਖਤਰਾ ਹੈ ਇਸ ਤਰ੍ਹਾਂ ਦੀ ਸੋਚ ਸਮਾਜ ਵਾਸਤੇ ਵੀ ਖਤਰਾ ਹੈ ਅਤੇ ਕਈ ਵਾਰ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਸੋਚ ਦੇ ਵਿੱਚੋਂ ਹੀ ਟੈਰਰਿਸਟ ਪੈਦਾ ਹੁੰਦੇ ਨੇ ਮਿਲੀਟੈਂਟਸ ਪੈਦਾ ਹੁੰਦੇ ਨੇ ਬਿਲਕੁਲ ਸੋ ਇਹ ਚੀਜ਼ਾਂ ਨੂੰ ਠੱਲ ਪਾਉਣ ਵਾਸਤੇ ਕਿਤੇ ਨਾ ਕਿਤੇ ਰੂਲਸ ਐਂਡ ਰੈਗੂਲੇਸ਼ਨਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਸਕੂਲ ਦੇ ਵਿੱਚ ਜੇ ਬੱਚੇ ਗੱਲ ਲੈ ਕੇ ਆਉਂਦੇ ਨੇ ਕਿਤੇ ਨਾ ਕਿਤੇ ਪਹਿਲਾਂ ਚੈਕਿੰਗ ਹੋਣੀ ਚਾਹੀਦੀ ਹੈ ਸੋ ਹੋਰ ਵੀ ਬਹੁਤ ਸਾਰੇ ਆਪਾਂ ਰੂਲਸ ਜਿਹੜੇ ਨੇ ਉਹ ਬਣਾ ਸਕਦੇ ਆ ਕਿ ਬੱਚੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝ ਸਕਣ ਫੈਸ਼ਨ ਥੋੜਾ ਇਹ ਗੱਲ ਲੈ ਕੇ ਜਾਣਾ ਤੁਹਾਡੇ ਕੋਲ ਅਥਾਰਟੀਆਂ ਨੇ ਤੁਹਾਡੇ ਕੋਲ ਪੁਲਿਸ ਹੈ ਤੁਹਾਡੇ ਕੋਲ ਸਿਕਿਉਰਿਟੀ ਹੈ ਇੱਕ ਬੰਦੇ ਕੋਲ ਗੰਦਾ ਹੋਣਾ ਕਿਉਂ ਜ਼ਰੂਰੀ ਹੈ ਸਿਕਿਉਰਿਟੀ ਵਾਸਤੇ ਤੁਹਾਡੀ ਸਿਕਿਉਰਿਟੀ ਵਾਸਤੇ ਪੁਲਿਸ ਫੋਰਸ ਹੈ ਤਾਂ ਸਹੀ ਜੀ ਤੁਸੀਂ ਕਦੇ ਵਾਸਤੇ ਗਨ ਰੱਖੀ ਹੋਈ ਹੈ ਹਾਂ ਜੇ ਕੋਈ ਵੀਆਈਪੀ ਹੈ ਜਿਹਨੂੰ ਖਾਸ ਜ਼ਰੂਰਤ ਹੈ ਜਾਂ ਉਹਦੇ ਬਾਡੀਗਾਰਡਸ ਨੇ ਸਕਿਉਰਿਟੀ ਗਾਰਡਸ ਨੇ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਬੱਚਿਆਂ ਕੋਲ ਗੰਦਾ ਕੀ ਮਤਲਬ ਹੈ ਬਿਲਕੁਲ ਯਾ ਤਾਂ ਹੋਏਗਾ ਕਿ ਕੋਈ ਐਨਸੀਸੀ ਟ੍ਰੇਨਿੰਗ ਜਿਵੇਂ ਇੰਡੀਆ ਚ ਦਿੱਤੀ ਜਾਂਦੀ ਹੈ ਇਸ ਦਾ ਦੀ ਕੋਈ ਟ੍ਰੇਨਿੰਗ ਹੋਵੇ ਪਰ ਉਹ ਟ੍ਰੇਨਿੰਗ ਵਾਸਤੇ ਹੈ ਜਾਂ ਉਹ ਨਿਸ਼ਾਨੇ ਬਾਜ਼ ਬਣਨਾ ਚਾਹੁੰਦਾ ਹੈ ਸਪੋਰਟਸ ਵਾਸਤੇ ਹੈ ਉੱਥੇ ਵਾਸਤੇ ਹੈ ਪਰ ਆਮ ਲਾਈਫ ਦੇ ਵਿੱਚ ਤੁਸੀਂ ਗਨ ਕੈਰੀ ਕਰ ਰਹੇ ਹੋ ਔਰ ਤੁਸੀਂ ਸ਼ੂਟ ਆਊਟ ਕਰ ਰਹੇ ਹੋ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ ਔਰ ਜਿੰਨੀ ਜਲਦੀ ਹੋ ਸਕੇ ਇਸ ਦੇ ਖਿਲਾਫ ਸਖਤ ਤੋਂ ਸਖ ਹੁਣ ਉਹਨਾਂ ਆ ਜੀ ਪੰਜਾਬ ਤੇ ਕਿਉਂਕਿ ਰਾਜਨੀਤੀ ਦੀਆਂ ਸਰਗਰਮੀਆਂ ਬਹੁਤ ਤੇਜ਼ ਨੇ ਪੰਜਾਬ ਦੀ ਧਰਤੀ ਦੇ ਉੱਤੇ ਮਿਸ਼ਨ 22 2022 ਦੀਆਂ ਇਲੈਕਸ਼ਨਸ ਨੂੰ ਮਿਸ਼ਨ 22 ਦੇ ਰੂਪ ਦੇ ਵਿੱਚ ਲੈ ਕੇ ਚੱਲ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਤੇ ਮਾਹਿਰ ਕਹਿੰਦੇ ਨੇ ਜੀ ਇੱਕ ਭੰਬਲ ਪੂਸਾ ਹੈ ਕਿਉਂਕਿ ਸਿਟੀਜ਼ਨਸ ਨੂੰ ਨਾਗਰਿਕਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣ ਕਿਹੜੀ ਪਾਰਟੀ ਨੂੰ ਚੁਣ ਕੇ ਸਰਕਾਰ ਬਣਾਉਣ ਦਾ ਮੌਕਾ ਦੇਣ ਔਰ ਨਾਲ ਆਮ ਆਦਮੀ ਪਾਰਟੀ ਵੀ ਹੈ ਆਪਣੇ ਕੈਪਟਨ અમરિંદરજી ਨੇ એક નવી પાર્ટી બનાવી છે ਤੇ ਉਸ ਤੋਂ ਬਾਅਦ ਕਿਸਾਨਾ ਦੇ ਉੱਤੇ ਵੀ ਕਾਫੀ ਆਸਾ ਉਮੀਦਾਂ ਨੇ ਕਿ ਉਹ ਵੀ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ ਤੇ કુલ ਮਿਲਾ ਕੇ ਗੱਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ VOTERਾਂ ਦੇ ਦਿਮਾਗ ਨੂੰ ਆਪਣੇ ਵੱਲ ਘੁਮਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਕਿ ਉਹਨਾਂ ਦੀਆਂ ਵੋਟਾਂ ਉਹ ਆਪਣੇ ਹੱਕ ਵਿੱਚ ਭੁਗਤਾ ਸਕਣ ਤੇ ਆ ਕੇ ਪਾਵਰ ਦੀ ਕੁਰਸੀ ਤੇ ਬਹਿ ਸਕਣ ਕਿਉਂਕਿ ਲੋਕਾਂ ਦੀ ਸੇਵਾ ਕਰਨੀ ਹੈ ਬਿਲਕੁਲ ਲੋਕਾਂ ਦੀ ਸੇਵਾ ਕਰਨੀ ਹੈ ਉੱਥੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਸਰਗਰਮ ਨੇ ਜਿੱਥੇ ਪਾਰਟੀਆਂ ਸਰਗਰਮ ਨੇ ਉੱਥੇ ਚੋਣ ਕਮਿਸ਼ਨ ਨੇ ਵੀ ਤਿਆਰੀਆਂ ਖਿੱਚ ਲਈਆਂ ਨੇ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਸੋ ਤਿਆਰੀ ਖਿੱਚਣੀ ਬਿਲਕੁਲ ਸਹੀ ਹੈ ਬਿਲਕੁਲ ਵਾਜਬ ਹੈ ਸੋ ਚੋਣ ਰਥ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਸਵੀਪ ਰਥ ਜਿਹੜਾ ਹੈ ਉਹ ਸੇਵਾ ਸ਼ੁਰੂ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ 10 ਵੈਨ ਤੇ ਰਥ ਜਿਹੜੇ ਨੇ ਸਟਾਰਟ ਕੀਤੇ ਗਏ ਨੇ ਜਿਨ੍ਹਾਂ ਤੇ ਫਲੈਕਸਾਂ ਲੱਗੀਆਂ ਹੋਈਆਂ ਨੇ ਸੋ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਕਿ ਆਪਣੀ ਅੱਖੀ ਆਪਣੀ ਵੋਟ ਤਸਦੀਕ ਕਰੋ ਉਹਦੇ ਫਲੈਕਸ ਬੋਰਡ ਲੱਗੇ ਹੋਏ ਨੇ ਸੋ ਉਹਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਵੋਟ ਜਿਹੜੀ ਹੈ ਸੋਚ ਸਮਝ ਕੇ ਪਾਉਣੀ ਹੈ ਕਿਸੇ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਜੜੀਆਂ ਨੇ ਬਹੁਤ ਸਾਰੇ ਦਾਅਵੇ ਕਰਦੀਆਂ ਨੇ ਲੋਕਾਂ ਨੂੰ ਪਰਮੋਣ ਦੀ ਕੋਸ਼ਿਸ਼ ਕਰਦੀਆਂ ਨੇ ਇਹਨਾਂ ਸਬ ਚੀਜ਼ਾਂ ਤੋਂ ਚੋਣ ਕਮਿਸ਼ਨ ਨੇ ਬਚਨ ਦੇ ਵਾਸਤੇ ਕਿਹਾ ਕਿਉਂਕਿ VOTER ਨੂੰ ਜਾਗਰੂਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਚੋਣ ਕਮਿਸ਼ਨ ਦਾ ਫਰਜ਼ ਵੀ ਬਣਦਾ ਹੈ ਸੋ ਉਹਨਾਂ ਦੀਆਂ ਸਾਈਟਸ ਵੀ ਨੇ ਮਲਟੀਮੀਡੀਆ ਵੀ ਹੈ ਬਹੁਤ ਕੁਝ ਉਹਨਾਂ ਨੇ ਮੀਡੀਆ ਦਾ ਵੀ ਇਸਤੇਮਾਲ ਕੀਤਾ ਹੈ ਪ੍ਰਿੰਟ ਮੀਡੀਆ ਤੋਂ ਲੈ ਕੇ ਹਰ ਪਾਸੇ ਜਾਗਰੂਕਤਾ ਦੀ ਲਹਿਰ ਚੱਲ ਰਹੀ ਹੈ ਤਾਂ ਕਿ VOTER ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਹੀ ਇਲੈਕਸ਼ਨ ਦੇ ਵਿੱਚ ਹਿੱਸਾ ਲਵੇ ਕਿਉਂਕਿ ਸਾਡੇ ਦੇਸ਼ 'ਚ ਦੇਖਿਆ ਜਾਂਦਾ ਹੈ ਕਿ ਐਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਅਨਪੜਤਾ ਜ਼ਿਆਦਾ ਹੈ ਜੀ ਠੀਕ ਹੈ ਨਾ ਕਿਉਂਕਿ आईक्यू ले लेवल ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ এডਿਕੇਸ਼ਨ ਅਵੇਲੇਬਲ ਨਹੀਂ ਹੈ ਕਿ ਇੱਕ ਬੰਦੇ ਦਾ ਮਾਨਸਿਕ ਪੱਧਰ ਬਹੁਤ ਉੱਚਾ ਜਾ ਸਕੇ ਦੂਸਰੇ ਪਾਸੇ ਪੜੇ ਲਿਖੇ ਅਨਪੜ੍ਹ ਬਹੁਤ ਜ਼ਿਆਦਾ ਨੇ ਜੀ ਜੋ ਐਸੇ ਕੰਮ ਕਰਦੇ ਨੇ ਜੋ ਸਭ ਦੇ ਵਾਸਤੇ ਖਤਰਨਾਕ ਨੇ ਇਸ ਕਰਕੇ ਵੀ ਜਾਗਰੂਕ ਹੋਣਾ ਜ਼ਿਆਦਾ ਜ਼ਰੂਰੀ ਹੈ ਸੋ ਕੁੱਲ ਮਿਲਾ ਕੇ ਜੋ এডਿਕੇਸ਼ਨ ਲੈਵਲ ਹੈ ਉਸ ਨੂੰ ਦੇਖਦੇ ਹੋਏ ਇੱਕ ਸੋ ਚੋਣ ਕਮਿਸ਼ਨ ਨੇ ਜਿਹੜੀ ਇਹ ਮੁਹਿਮ ਵਿੱਢੀ ਹੈ ਇਹ ਬਹੁਤ ਹੀ इंपॉर्टेंट कदम है और हर बार इलेक्शन के दौरान वो कर दी है कोई ऐसी नवी गल भी नहीं है पर हाँ मैथड्स बदल जाते हैं अजक सोशल मीडिया के उ ज़्यादा सरगर्म ने ਬਿਲਕੁਲ ਇਸ ਵੀ ਪ੍ਰਥਾ ਸੇਵਾ ਜੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਇਹਦੇ ਵਿੱਚ ਲੋਕਾਂ ਨੂੰ ਮੈਨੂੰ ਲੱਗਦਾ ਹੈ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਗ ਜਾਓ ਆਪਣੀ ਵੋਟ ਜੜੇ ਆਪਣੀ ਅੱਖੀਂ ਦੇਖ ਕੇ ਦਿਮਾਗ ਨੂੰ ਸੈੱਟ ਰੱਖ ਕੇ ਪਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਵੀ ਪਾਰਟੀ ਸੇਵਾ ਦੇ ਵਿੱਚ ਆਏਗੀ ਜੇ ਵੀ ਜਿਹੜੀ ਵੀ ਪਾਰਟੀ ਲੋਕਾਂ ਦੀ ਸੇਵਾ ਕਰਨਾ ਚਾਹੇਗੀ ਉਸ ਨੂੰ ਹੀ ਲੈ ਕੇ ਆਉਣਾ ਚਾਹੀਦਾ ਹੈ ਜਿਹੜਾ ਸੱਚ ਮੁੱਚ ਇਸ ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਸਵਾਲ ਪੁੱਛੋ ਕਿਉਂਕਿ ਲੋਕਤੰਤਰ ਦੇ ਵਿੱਚ ਸਵਾਲ ਪੁੱਛਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਖੜੇ ਹੋਵੋ ਸਰਕਾਰ ਨੂੰ ਸਵਾਲ ਪੁੱਛੋ ਖੜੇ ਹੋਵੋ ਰਾਜਨੀਤਿਕ ਪਾਰਟੀਆਂ ਨੂੰ ਸਵਾਲ ਪੁੱਛੋ ਵੀ ਤੁਸੀਂ ਕਰੋਗੇ ਕੀ ਤੇ ਰਾਜਨੀਤਿਕ ਪਾਰਟੀਆਂ ਵੀ ਅਗੋਂ ਸਿਟੀਜ਼ਨਸ ਨੂੰ ਨਾਗਰਿਕਾਂ ਨੂੰ ਸਵਾਲ ਪੁੱਛਣ ਕਿ ਤੁਸੀਂ ਕਿੱਥੇ ਸਹਿਯੋਗ ਦੇਵੋਗੇ ਤਾਂ ਇਹ ਜਿਹੜਾ ਲੋਕਤੰਤਰ ਹੈ ਨਾ ਇਹ ਸਹਿਯੋਗ ਨਾਲ ਚੱਲਦਾ ਹੈ ਜਨਤਾ ਦੇ ਤੇ ਨਾਲ ਸਰਕਾਰ ਦੇ ਦੋਵੇਂ ਜਦੋਂ ਮਿਲ ਕੇ ਤੁਰਨਗੇ ਤਾਂ ਇਹ ਲੋਕਤੰਤਰ ਸਫਲ ਹੋਏਗਾ ਕਿਉਂਕਿ ਸਰਕਾਰ ਵੀ ਜਨਤਾ ਹੈ ਤੇ ਜਨਤਾ ਹੀ ਸਰਕਾਰ ਹੈ ਦੋਵੇਂ ਮਿਲ ਕੇ ਤੁਰੋ ਤੇ ਇਹ ਚੋਣ ਕਮਿਸ਼ਨ ਵੀ ਕਰ ਰਿਹਾ ਹੈ ਆਪਣਾ ਕੰਮ ਤੇ ਆਪਣੀਆਂ ਸਿਆਸੀ ਪਾਰਟੀਆਂ ਵੀ ਆਪਣਾ ਕੰਮ ਕਰ ਰਹੀਆਂ ਨੇ ਤੇ ਹੁਣ ਲੋਕਾਂ ਨੇ ਆਪਣਾ ਕੰਮ ਕਰਨਾ ਹੈ ਸੰ 2022 ਦੇ ਵਿੱਚ ਜੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਜਿਹੜੇ ਲੋਕ ਅਫਵਾਹਾਂ ਫੈਲਾ ਰਹੇ ਨੇ ਕਿ ਮੋਟਰ ਜਿਹੜਾ ਹੈ ਹੁਣ ਖਤਮ ਹੋ ਗਿਆ ਹੈ ਲੋਕ ਘਰਾਂ ਨੂੰ ਤੁਰ ਪਏ ਨੇ ਉਥੋਂ ਖਾਲੀ ਕਰਨਾ ਥਾਂ ਸ਼ੁਰੂ ਕਰ ਦਿੱਤਾ ਹੈ ਜਗਜੀਤ ਸਿੰਘ ਢਲੇਵਾਲ ਨੇ ਕਹਿ ਦਿੱਤਾ ਹੈ ਕਿ ਇਹ ਸਭ ਅਫਵਾਹਾਂ ਨੇ ਜਦੋਂ ਤੱਕ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਅਸੀਂ ਇਸ ਮੋਟਰ 'ਤੇ ਨਹੀਂ ਉਠਾਂਗੇ ਐਮਐਸਪੀ ਦੀ ਗਰੰਟੀ ਵੀ ਜ਼ਰੂਰੀ ਹੈ ਜਿਹੜੇ ਕਿਸਾਨਾਂ ਤੇ ਕੇਸ ਦਰਜ ਹੋਏ ਨੇ ਉਹਨਾਂ ਨੂੰ ਵੀ ਵਾਪਸ ਲਿਆ ਜਾਵੇ ਉਦੋਂ ਤੱਕ ਅਸੀਂ ਇਹ ਦਿੱਲੀ ਦੀਆਂ ਸਰਹੱਦਾਂ ਜੜੀਆਂ ਛੱਡਾਂਗੇ ਕਿਉਂਕਿ ਐਮਐਸਪੀ ਦੀ ਗਰੰਟੀ ਦੇ ਨਾਲ ਨਾਲ ਇਹ ਵੀ ਕਾਨੂੰਨ ਜ਼ਰੂਰੀ ਹੈ ਕਿ ਖਰੀਦ ਵੀ ਹੋਵੇ ਇਹ ਨਹੀਂ ਕਿ ਸਿਰਫ ਐਮਐਸਪੀ ਫਿਕਸ ਹੋ ਗਈ ਤੇ ਕੋਈ ਖਰੀਦਦਾਰ ਨਹੀਂ ਹੈ ਸਰਕਾਰ ਨਹੀਂ ਖਰੀਦ ਰਹੀ ਫਿਰ ਕੀ ਹੋਏਗਾ ਕਿ ਕਿਸਾਨ ਨੂੰ ਸਮਝੌਤਾ ਕਰਨਾ ਪਏਗਾ ਜਿਹੜਾ ਪ੍ਰਾਈਵੇਟ ਸੈਕਟਰ ਤੋਂ ਕੋਈ ਖਰੀਦਦਾਰ ਆਏਗਾ ਆਪਣੀ ਮਨਮਰਜ਼ੀ ਦੀ ਕੀਮਤ ਲਗਾਏਗਾ ਤੇ ਕਿਸਾਨ ਦੀ ਫਸਲ ਪਈ ਹੋਏਗੀ ਮੰਡੀ ਦੇ ਵਿੱਚ ਕੋਈ ਚੁੱਕਣ ਨੂੰ ਤਿਆਰ ਨਹੀਂ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਤੇ ਫਿਰ ਉਹ ਕੀ ਕਰੇਗਾ ਘਰ ਤਾਂ ਲੈ ਕੇ ਨਹੀਂ ਆ ਸਕਦਾ ਫਿਰ ਉਸਨੂੰ ਵੇਚਣੀ ਪੈਗੀ ਉਸ ਕੀਮਤ ਦੇ ਉੱਤੇ ਜੋ ਪ੍ਰਾਈਵੇਟ ਸੈਕਟਰ ਦੇ ਲੋਕ ਤੈਅ ਕਰਨਗੇ ਇਸ ਕਰਕੇ ਐਮਐਸਪੀ ਦੇ ਨਾਲ ਨਾਲ ਖਰੀਦ ਦੀ ਗਾਰੰਟੀ ਦਾ ਵੀ ਕਾਨੂੰਨ ਹੋਣਾ ਚਾਹੀਦਾ ਹੈ ਜੋ ਖੇਤੀਬਾੜੀ ਦੀਆਂ ਫਸਲਾਂ ਨੇ ਉਹ ਵੀ ਨਾਲ ਪਸ਼ੂ ਧਨ ਦੀ ਤੇ ਖੇਤੀਬਾੜੀ ਦੇ ਨਾਲ ਜੁੜੇ ਹੋਰ ਕੰਮ ਕੰਮ ਧੰਦੇ ਵੀ ਨੇ ਜਿਹੜੇ ਉਹਨਾਂ ਦੀ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਵਾਸਤੇ ਵੀ ਸੇਮ ਨਿਯਮ ਹੋਣੇ ਚਾਹੀਦੇ ਨੇ ਜੀ ਹੋਰ ਜਦਜੀਤ ਸਿੰਘ ਢਲੇਵਾਲ ਨੇ ਕਹਿ ਦਿੱਤਾ ਹੈ ਕਿ ਜਿਹੜੀ ਹੰਗਾਮੀ ਮੀਟਿੰਗ ਹੈ ਉਹ ਬੁੱਧਵਾਰ ਨੂੰ ਸੱਦੀ ਜਾਣੀ ਹੈ ਜਿਸ ਦੇ ਵਿੱਚ ਅਗਲੀ ਰੂਪਰੇਖਾ ਤਿਆਰ ਕੀਤੀ ਜਾਣੀ ਹੈ ਇੱਕ ਚੀਜ਼ ਉਹਨਾਂ ਨੇ ਇੱਕ ਹੋਰ ਵੀ ਚੀਜ਼ ਉਹਨਾਂ ਨੇ ਨਾਲ ਜੋੜੀ ਗਿਆ ਉਹਨਾਂ ਨੇ ਕਿਹਾ ਕਿ 2011 ਦੇ ਵਿੱਚ ਪੀਐਮ ਮੋਦੀ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਐਮਐਸਪੀ ਦੀ ਗਾਰੰਟੀ ਹੈ ਉਹ ਦੇਵਾਂਗੇ ਉਦੋਂ ਤੇ ਦਿੱਤੀ ਨਹੀਂ ਹੁਣ ਵੀ ਨਹੀਂ ਦੇ ਰਹੇ ਮਤਲਬ ਉਦੋਂ ਗਲਤ ਸੀਗੇ ਕਿ ਹੁਣ ਗਲਤ ਹੈ ਸਾਨੂੰ ਇੱਕ ਵਾਰ ਦੱਸ ਦੇਣ ਕਿ ਐਮਐਸਪੀ ਦੀ ਗਰੰਟੀ ਉਹ ਦੇਣਗੇ ਜਾਂ ਨਹੀਂ ਦੇਣਗੇ ਤੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਸੀ ਪੰਜਾਬ ਸਰਕਾਰ ਤੋਂ ਕਰਜ਼ੇ ਵੀ ਮਾਫ ਕਰਨੇ ਆ ਸੋ ਕਰਵਾਉਣੇ ਉਹਨਾਂ ਨੇ ਕਰਜ਼ੇ ਮਾਫ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਪੰਜਾਬ ਸਰਕਾਰ ਤਿਆਰ ਰਵੇ ਅਸੀਂ ਦਿੱਲੀ ਦੀ ਸਰਕਾਰ ਤੋਂ ਜਿਹੜੀਆਂ ਮੰਗਾਂ ਹੈ ਉਹ ਮਨਵਾ ਕੇ ਅਸੀਂ ਪੰਜਾਬ ਸਰਕਾਰ ਦੇ ਵੱਲ ਰੁਕ ਕਰਨਾ ਸ਼ੁਰੂ ਕਰ ਦੇਣਾ ਸਮਝਣ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਖੇਤੀ ਨੂੰ ਪਿੱਛੇ ਕਿਉਂ ਕਰ ਦਿੱਤਾ ਜਾਂਦਾ ਹੈ ਖੇਤੀ ਵੱਲ ਤਵੱਜੋ ਕਿਉਂ ਨਹੀਂ ਦਿੱਤੀ ਜਾਂਦੀ ਜੀ ਕਿਸਾਨ ਦਾ ਜੋ ਆਰਥਿਕ ਪੱਧਰ ਹੈ ਹਮੇਸ਼ਾ ਨੀਵਾ ਕਿਉਂ ਰਹਿੰਦਾ ਕਿਸਾਨ ਗਰੀਬ ਕਿਉਂ ਰਹਿੰਦਾ ਹੈ ਤਾਂ ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਇੰਡਸਟਰੀ ਨੂੰ ਉਹਦੇ ਮੁਕਾਬਲੇ ਕਾਫੀ ਜ਼ਿਆਦਾ ਫੈਸਿਲਿਟੀਆਂ ਮਿਲਦੀਆਂ ਨੇ ਕਰਜ਼ਿਆਂ ਦੇ ਰੂਪ ਦੇ ਵਿੱਚ ਵੀ ਕਰਜ਼ਾ ਮਾਫੀ ਦੇ ਰੂਪ ਦੇ ਵਿੱਚ ਵੀ ਪਰ ਕਿਸਾਨ ਕੋਲ ਉਹ ਫੈਸਿਲਿਟੀਆਂ ਨਹੀਂ ਹੈ ਹਾਲਾਂਕਿ ਜਿਹੜੀ ਖੇਤੀ ਹੈ ਉਹ ਹਰ ਚੀਜ਼ ਦਾ ਆਧਾਰ ਹੈ ਫਿਰ ਵੀ ਖੇਤੀ ਨੂੰ ਕਿਉਂ ਪਿੱਛੇ ਛੱਡ ਦਿੱਤਾ ਜਾਂਦਾ ਹੈ ਇਹ ਗੱਲ ਵਿਚਾਰਨ ਵਾਲੀ ਹੈ ਕਿਸਾਨ ਦੇ ਵਾਸਤੇ ਅਸੀਂ ਇੱਕ ਗੱਲ ਹਮੇਸ਼ਾ ਕਹਿੰਦੇ ਰਹਿੰਦੇ ਆ ਕਿ ਆਪਣੀ ਫਸਲ ਦੀ ਕੀਮਤ ਖੁਦ ਤੈਅ ਨਹੀਂ ਕਰ ਸਕਦਾ ਬਾਕੀ ਸਾਰੇ ਇੰਡਸਟਰੀ ਲਿਸਟ ਬਾਕੀ ਸਾਰੇ ਵਪਾਰੀ ਆਪਣੀ ਚੀਜ਼ ਦੀ ਕੀਮਤ ਖੁਦ ਤੈਅ ਕਰਦੇ ਨੇ ਕਿਸਾਨ ਦੀ ਚੀਜ਼ ਕਿਸਾਨ ਦੀ ਪ੍ਰੋਡਕਸ਼ਨ ਜਿਹੜੀ ਹੈ ਉਹਦੀ ਕੀਮਤ ਦੁਜੇ ਤਿਆਰ ਕਰਦੇ ਨੇ ਇਹ ਕਿਸਬ ਤੋਂ ਵੱਡੀ ਜੋ ਖਾਮੀ ਹੈ ਕਿਉਂਕਿ ਕਿਸਾਨ ਦੀ ਵੀ ਕਿਤੇ ਨਾ ਕਿਤੇ ਮਰਜ਼ੀ ਸ਼ਾਮਿਲ ਹੋਣੀ ਚਾਹੀਦੀ ਹੈ ਸੋ ਨੀਤੀਆਂ ਨੂੰ ਦੁਬਾਰਾ ਤੋਂ ਬਣਾਇਆ ਜਾਵੇ ਜਿਹੜੀਆਂ ਖਾਮੀਆਂ ਨੇ ਜਿਹੜੀ ਦੋਸ਼ ਨੇ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਨੂੰ ਹਟਾਇਆ ਜਾਵੇ ਜੀ ਸਹੀ ਰੂਪ ਦੇ ਵਿੱਚ ਸਹੀ ਚੀਜ਼ ਜਦੋਂ ਐਪਲਾਈ ਕਰਾਂਗੇ ਉਦੋਂ ਹੀ ਖੇਤੀਬਾੜੀ ਅੱਗੇ ਆਊਗੀ ਕਿਉਂਕਿ ਖੇਤੀਬਾੜੀ ਆਧਾਰ ਹੈ ਸਾਡੀ ਇਕਨੋਮੀ ਦਾ ਖੇਤੀਬਾੜੀ ਆਧਾਰ ਹੈ ਸਾਡੀ ਜੀਡੀਪੀ ਦਾ ਪੂਰੀ ਦੁਨੀਆ ਦੇ ਵਿੱਚ ਜਦੋਂ ਖੇਤੀਬਾੜੀ ਸੁੰਦਰ ਹੈ ਜਦੋਂ ਖੇਤੀਬਾੜੀ ਤਾਕਤਵਰ ਹੈ ਜਦੋਂ ਖੇਤੀਬਾੜੀ ਦੀ ਸਿਹਤ ਠੀਕ ਹੈ ਤਾਂ ਸਾਡੇ ਮੁਲਕ ਦੀ ਸਿਹਤ ਆਪਣੇ ਆਪ ਠੀਕ ਹੋ ਜਾਣੀ ਹੈ ਜੀ ਹਰ ਇੱਕ ਸਰਕਾਰ ਜੜੇ ਆਪਣੇ ਆਪ ਨੂੰ ਸਾਫ਼ ਸੁਥਰਾ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੇ ਆਪ ਨੂੰ ਵਧੀਆ ਕਹਿਣ ਦੀ ਕੋਸ਼ਿਸ਼ ਕਰਦੀ ਹੈ ਹਰ ਗਈ ਜੜਾ ਹੈ ਹੁਣ ਦੂਸਰੇ ਤੇ ਤੰਜ ਕਸਣ ਦੀ ਕੋਸ਼ਿਸ਼ ਕਰ ਰਿਹਾ ਸਰਦਾਰ ਚੰਜੀਤ ਸਿੰਘ ਚੰਨੀ ਫੇਰੀ ਤੇ ਨਿਕਲੇ ਹੋਏ ਨੇ ਪਹਿਲੀ ਫੇਰੀ ਹੈ ਫਰੀਦਕੋਟ ਦੀ ਉੱਥੇ ਉਹਨਾਂ ਨੇ ਬਾਦਲਾਂ ਨੂੰ ਸ਼ਕੰਜੇ ਦੇ ਵਿੱਚ ਲੈ ਲਿਆ ਇੱਕ ਦੂਜੇ ਨੂੰ ਸ਼ਿਕੰਜੇ ਚ ਲੈਣ ਲੱਗੇ ਹੋਏ ਨੇ ਉਹ ਉਹਦੇ ਉੱਤੇ ਚਿੱਕੜ ਸੁੱਟਦਾ ਹੈ ਉਹਦੇ ਉੱਤੇ ਚਿੱਕੜ ਸੁੱਟਦਾ ਹੈ ਵਿੱਚੋਂ ਨਿਕਲਦਾ ਕੱਖ ਨਹੀਂ ਹੈਗਾ ਕਿਉਂਕਿ ਉਹ ਵੀ ਗਲਤ ਕਹਿ ਰਿਹਾ ਉਹ ਵੀ ਗਲਤ ਕਹਿ ਰਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣਾ ਹੀ ਗਲਤ ਹੈ ਜੀ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਰਿਪ੍ਰੈਜ਼ੈਂਟੇਟਿਵ ਮੰਨਦੇ ਹਾਂ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਵਤੀਰਾ ਦੇਖਦੇ ਹਾਂ ਇਸ ਤਰ੍ਹਾਂ ਦਾ ਵਰਤਾਓ ਦੇਖਦੇ ਸਾਨੂੰ ਬੜਾ ਅਫਸੋਸ ਹੁੰਦਾ ਬੜਾ ਦੁੱਖ ਹੁੰਦਾ ਹੈ ਇਹਨਾਂ ਦੀ ਸੋਚ ਕੀ ਹੈ ਜੀ ਸਿੱਧੀ ਸਾਦੀ ਗੱਲ ਕਰੋ ਨਾਲ ਆਰਾਮ ਨਾਲ ਬੈਠ ਕੇ ਇੱਕ ਦੂਜੇ ਦੀਆਂ ਖਾਮੀਆਂ ਕੱਡੂ ਤੇ ਨਾਲ ਤਾਰੀਫ ਵੀ ਕਰੋ ਨਾ ਜਿੱਥੇ ਵਡਿਆਈ ਵੀ ਹੈ ਉਹਨਾਂ ਦੀ ਕੋਈ ਚੰਗੇ ਕੰਮ ਵੀ ਤਾਂ ਕਿਤੇ ਨੇ ਸਾਰੇ ਕੰਮ ਮਾੜੇ ਥੋੜਾ ਕਰਦੇ ਨੇ ਸਾਰੇ ਜਾਣੇ ਮਿਲ ਕੇ ਚੰਗੇ ਵੀ ਨੇ ਬੁਰੇ ਵੀ ਨੇ ਸਾਰੇ ਜਾਣੇ ਮਿਲ ਕੇ ਚੰਗੇ ਕੰਮ ਵੀ ਕਰਦੇ ਆ ਬੁਰੇ ਕੰਮ ਵੀ ਕਰਦੇ ਆ ਅਸੀਂ ਸਾਰੇ ਇਹੋ ਜਿਹੇ ਆ ਜੀ ਤਾਂ ਕਿਉਂ ਨਾ ਇੱਕ ਦੂਜੇ ਦੀ ਸਪੋਰਟ ਕਰਕੇ ਕਿਉਂ ਨਾ ਇੱਕ ਦੂਜੇ ਦੇ ਮਿੱਤਰ ਬਣ ਕੇ ਅਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜੀਏ ਜਿਹੜਾ ਸਭ ਦੇ ਵਾਸਤੇ ਫਾਇਦੇਮੰਦ ਹੋਵੇ ਸਭ ਦੇ ਵਾਸਤੇ ਵਧੀਆ ਹੋਵੇ ਇਹ ਥੋੜਾ ਜਿਹੀ ਰਾਜਨੀਤੀ ਦਾ ਮਤਲਬ ਹੈ ਤੂੰ ਮੈਨੂੰ ਢਾ ਤੇ ਮੈਂ ਤੈਨੂੰ ਢਾਵਾਂ ਤੇ ਸਾਰੀ ਪਬਲਿਕ ਨੂੰ ਦਿਖਾਓ ਕਿ ਕੁਸ਼ਤੀ ਚੱਲਦੀ ਪਈ ਇਕੋ ਇਦਾਂ ਦੇ ਟੋੜ ਟੋਈ ਦੇ ਕੰਮ ਹੈ ਨਹੀਂ ਸਿੱਧਾ ਸਾਦਾ ਲੋਕਤੰਤਰ ਹੈ ਤੇ ਸਿੱਧੇ ਸਾਦੇ ਤਰੀਕੇ ਨਾਲ ਚੱਲੋ ਆਪਣੀ ਕਾਰਗੁਜ਼ਾਰੀ ਦਿਖਾਓ ਚਿਕਣ ਸੁੱਟਣੇ ਬੰਦ ਕਰੋ ਦੂਜੇ ਨੂੰ ਗਲਤ ਕਹਿਣਾ ਬੰਦ ਕਰੋ ਜਿੱਥੇ ਕੋਈ ਦੂਜਾ ਸਹੀ ਹੈ ਉੱਥੇ ਸਹੀ ਹੈ ਜਿੱਥੇ ਗਲਤ ਹੈ ਗਲਤ ਹੈ ਪਰ ਕੋਈ ਨਜ਼ਰੀਆ ਹੋਣਾ ਚਾਹੀਦਾ ਉਹ ਨਜ਼ਰੀਆ ਉਹ ਹੈ ਕਿ ਸਮਾਜ ਦੇ ਨਜ਼ਰੀਏ ਤੋਂ ਆਪਣੇ ਪੰਜਾਬ ਦੇ ਨਜ਼ਰੀਏ ਤੋਂ ਜਾਂ ਦੇਸ਼ ਦੇ ਨਜ਼ਰੀਏ ਤੋਂ ਜਾਂ ਸੰਵਿਧਾਨ ਦੇ ਨਜ਼ਰੀਏ ਤੋਂ ਕੌਣ ਗਲਤ ਹੈ ਕੌਣ ਸਹੀ ਹੈ ਉਹ ਤੇ ਐਨਲਿਸਿਸ ਕਰੋਗੇ ਨਾ ਇਹ ਥੋੜਾ ਪਰਸਨਲੀ ਤੁਸੀਂ ਇੱਕ ਦੂਜੇ ਦੇ ਉੱਤੇ ਅਟੈਕ ਕਰਦੇ ਹੋ ਜੀ ਪਰਸਨਲੀ ਕਿਸੇ ਨੂੰ ਪਸੰਦ ਕਰਦੇ ਹੋ ਕਿਸੇ ਨੂੰ ਨਾ ਪਸੰਦ ਕਰਦੇ ਹੋ ਅਜੀਬ ਜਿਹਾ ਮਾਹੌਲ ਸਾਰਿਆਂ ਦੇ ਸਾਹਮਣੇ ਬਣਾ ਕੇ ਰੱਖ ਦਿੰਦੇ ਹੋ ਕਿ ਆਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਬਿਠਾਉਣਾ ਹੈ ਕੁਰਸੀਆਂ ਦੇ ਉੱਤੇ ਇਹਨਾਂ ਦੀ ਸੋਚ ਕੀ ਹੈ ਇਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੈ ਸਾਨੂੰ ਬੜਾ ਦੁੱਖ ਹੁੰਦਾ ਬੜਾ ਅਫਸੋਸ ਹੁੰਦਾ ਇਹੋ ਜੇ ਕੰਮ ਦੇਖੀ ਜੀ ਹੁਣ ਜਦੋਂ ਫੇਰੀ ਤੇ ਨਿਕਲੇ ਨੇ ਚੰਦਰ ਸਿੰਘ ਚੰਨੀ ਜੀ ਉਹਨਾਂ ਨੇ ਬਾਦਲਾਂ ਦੇ ਉੱਤੇ ਤੰਜ ਕੱਸਿਆ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਬਾਬਲ ਕਲਾ ਗੋਲੀ ਕਾਂਡ ਹੋਇਆ ਸੀ ਉਸ ਪੂਰੇ ਦੇ ਵਾਸਤੇ ਬਾਦਲ ਸਰਕਾਰ ਹੀ ਜ਼ਿੰਮੇਵਾਰ ਹੈ ਤੇ ਉਹਨਾਂ ਨੇ ਕਹਿ ਦਿੱਤਾ ਜੇ ਸਰਕਾਰ ਜ਼ਿੰਮੇਵਾਰ ਹੈ ਤਾਂ ਇਸ ਨੂੰ ਖਮਿਆਜ਼ਾ ਵੀ ਪੁੱਗਤਣਾ ਪੈਣਾ ਹਰ ਚੀਜ਼ ਇਨਕੁਆਇਰੀ ਹੈ ਨਾ ਹਮ ਇਨਕੁਆਇਰੀ ਬੈਠੇਗੀ ਉਹਦੇ ਵਿੱਚ ਜੋ ਸਾਹਮਣੇ ਚੀਜ਼ਾਂ ਆਉਣਗੀਆਂ ਤਾਂ ਹੀ ਹੈ ਐਦਾਂ ਡਾਇਰੈਕਟ ਅਟੈਕ ਕਰੀ ਜਾਣਾ ਇੱਕ ਦੂਜੇ ਦੇ ਉੱਤੇ ਸੋ ਇਹ ਵੀ ਇੱਕ ਗਲਤ ਤਰ੍ਹਾਂ ਦਾ ਸੰਦੇਸ਼ ਦਿੰਦਾ ਹੈ ਸਹੀ ਗੱਲ ਇਹ ਹੈ ਕਿ ਅਸੀਂ ਪੰਜਾਬ ਵਾਸਤੇ ਕਿੰਨੇ ਸੀਰੀਅਸ ਆਂ ਪੰਜਾਬ ਦੇ ਲੋਕਾਂ ਵਾਸਤੇ ਕਿੰਨੇ ਸੀਰੀਅਸ ਆਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਿੰਨੇ ਸੀਰੀਅਸ ਆਂ ਪਰ ਉਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਤੁਹਾਡੇ ਕੋਲ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਕੋਈ ਵਿਕਾਸ ਮਾਡਲ ਹੈ ਕਿ ਨਹੀਂ ਹੈ ਕਿ ਐਵੇਂ ਹਵਾਜ ਗੱਲਾਂ ਕਰੀ ਜਾਂਦੇ ਹੋ ਔਰ ਨਾਲ ਜਿਹੜੇ ਪੰਜਾਬ ਦੇ ਉੱਤੇ ਕਰਜ਼ੇ ਚੜੇ ਹੋਏ ਨੇ ਉਹਨਾਂ ਕਰਜ਼ਿਆਂ ਨੂੰ ਉਤਾਰਨ ਵਾਸਤੇ ਵੀ ਕੋਈ ਮਾਡਲ ਹੈ ਕਿ ਨਹੀਂ ਹੈ ਜਾਂ ਐਵੇਂ ਹਵਾਜ ਗੱਲਾਂ ਕਰੀ ਜਾਂਦੇ ਹੋ ਕਿ ਅਸੀਂ ਸਭ ਕੁਝ ਕੈਲਕੂਲੇਸ਼ਨਸ ਕਰਕੇ ਗੱਲ ਕਰ ਰਹੇ ਆ ਤਾਂ ਹੀ ਐਲਾਨ ਕਰ ਰਹੇ ਆ ਐਸੀ ਕੋਈ ਗਲਤ ਨਜ਼ਰ ਤਾਂ ਆਉਂਦੀ ਨਹੀਂ ਖਾਸ ਕਰਕੇ ਮਾਹਿਰਾਂ ਨੂੰ ਕੋਈ ਗੱਲ ਐਸੀ ਨਜ਼ਰ ਆਉਂਦੀ ਨਹੀਂ ਹੈ ਇਕਨੋਮਿਸਟ ਪੁੱਛਦੇ ਨੇ ਵੀ ਪੈਸਾ ਕਿੱਥੋਂ ਆਊਗਾ ਜਿਹੜੇ ਤੁਸੀਂ ਇੰਨੇ ਐਲਾਨ ਕਰ ਰਹੇ ਹੋ ਸੋ ਇਹ ਸਾਰੀਆਂ ਗੱਲਾਂ ਕੁੱਲ ਮਿਲਾ ਕੇ ਇੱਥੇ ਪਹੁੰਚਦੀਆਂ ਨੇ ਕਿ ਜੇ ਅਸੀਂ ਪੰਜਾਬ ਨੂੰ ਲੈ ਕੇ ਵਧੀਆ ਹੀ ਇੱਕ ਸੋਚ ਅਪਣਾਉਣਾ ਚਾਹੁੰਦੇ ਹਾਂ ਇੱਕ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਸਾਡੀ ਕੋਈ ਨਾ ਕੋਈ ਸਟ੍ਰੈਟਜੀ ਤੇ ਹੋਣੀ ਚਾਹੀਦੀ ਹੈ ਨਾ ਜਿਹੜੀ ਲੋਕਾਂ ਅਗੇ ਰੱਖੀ ਹੈ ਕਿ ਆਹ ਦੇਖੋ ਇਹਦੇ ਮੁਤਾਬਿਕ ਅਸੀਂ ਸਾਰਿਆਂ ਨੇ ਤੁਰਨਾ ਹੈ ਜਨਤਾ ਨੇ ਵੀ ਤੇ ਸਰਕਾਰ ਨੇ ਵੀ ਹੂੰ ਸੋ ਇਸੇ ਕਰਕੇ ਕਹਿੰਦੇ ਆ ਜੇ ਕੋਈ ਕੰਮ ਕਰਨਾ ਤਾਂ ਪਹਿਲਾਂ ਪਲਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਸਰਕਾਰ ਆਪਣੇ ਆਪ ਨੂੰ ਚੰਗਾ ਸਾਬਿਤ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਪੂਰਾ ਆਪਣਾ ਪਲਾਨ ਕਰਨਾ ਪਏਗਾ ਕਿ ਉਹ ਜਨਤਾ ਦੇ ਵਾਸਤੇ ਕਿਹੜੇ-ਕਿਹੜੇ ਸੁਧਾਰ ਕਰੇਗੀ ਕਿਸ ਤਰੀਕੇ ਦੇ ਨਾਲ ਕਰੇਗੀ ਕੀ ਉਹਨਾਂ ਸੁਧਾਰਾਂ ਨੂੰ ਕਰਨ ਦੇ ਵਾਸਤੇ ਖਜ਼ਾਨਾ ਵੀ ਹੈਗਾ ਕਿਤੇ ਖਜ਼ਾਨਾ ਖਾਲੀ ਤੇ ਨਹੀਂ ਐਵੇਂ ਹਵਾ 'ਚ ਤੀਰ ਮਾਰ ਕੇ ਅਸੀਂ ਆਪਣੇ ਆਪ ਨੂੰ ਚੰਗੇ ਸਾਬਿਤ ਤਾਂ ਕਰ ਰਹੇ ਆ ਜੇ ਸਾਨੂੰ ਸਰਕਾਰ ਨੂੰ ਚੁਣ ਲੈਂਦੀ ਹੈ ਜਿਹੜੀ ਵੀ ਸਰਕਾਰ ਆਪਣੇ ਆਪ ਨੂੰ ਚੰਗਾ ਸਾਬਿਤ ਕਰਦੀ ਹੈ ਜੇ ਉਹਨੂੰ ਲੋਕ ਚੁਣ ਲੈਂਦੇ ਨੇ ਤੇ ਬਾਅਦ ਵਿੱਚ ਉਹਨੇ ਆਪਣੇ ਆਪ ਨੂੰ ਚੰਗਾ ਸਾਬਿਤ ਕਿਵੇਂ ਕਰਨਾ ਜੋ ਵੀ ਸਰਕਾਰ ਆਏਗੀ ਨਾ ਪੰਜਾਬ ਦੇ ਵਿੱਚ ਸਨ 2022 ਦੇ ਵਿੱਚ ਇੱਕ ਚਣੌਤੀ ਤਾਂ ਹੈ ਬਿਲਕੁਲ ਇਕਨੋਮੀ ਨੂੰ ਕਿਦਾਂ ਸੰਭਾਲਣਾ ਹੈ ਖਜ਼ਾਨੇ ਨੂੰ ਕਿਦਾਂ ਸੰਭਾਲਣਾ ਹੈ ਕਰਜ਼ੇ ਕਿਵੇਂ ਲਾਉਣੇ ਨੇ ਲੋਕਾਂ ਨੂੰ ਨਾਲ ਲੈ ਕੇ ਕਿਵੇਂ ਤੁਰਨਾ ਹੈ ਕਿਉਂਕਿ ਇਸ ਵਕਤ ਪੂਰਾ ਕਿਓਸਾ ਪੂਰਾ ਹੀ ਇੱਕ ਪੰਬਲ ਪੂਸਾ ਹੈ ਕਿਸੇ ਨੂੰ ਕੱਖ ਸਮਝ ਨਹੀਂ ਆ ਰਿਹਾ ਇਸ ਕਰਕੇ ਬਾਗ ਡੋਟ ਸੰਭਾਲਣਾ ਬੜਾ ਹੀ ਮਹੱਤਵਪੂਰਨ ਗੱਲ ਹੋਏਗੀ ਇਸ ਵਾਰ ਸਨ 2022 ਦੇ ਵਿੱਚ ਬਹੁਤ ਹੀ ਸਟਰੋਂਗ ਇਨਸਾਨ ਹੀ ਅਗੇ ਆ ਸਕਦੇ ਨੇ ਤੇ ਉਹੀ ਇਸ ਚੀਜ਼ ਨੂੰ ਸੰਭਾਲ ਸਕਦੇ ਨੇ ਬਿਲਕੁਲ ਸੋ ਇਸ ਸੰਸਾਰ ਦੀਆਂ ਅੱਜ ਦੀਆਂ ਕਰੰਟ ਨਿਊਜ਼ ਤੇ ਨਿਊਜ਼ ਦੇ ਉੱਤੇ ਡਿਫਰੈਂਟ ਡਿਫਰੈਂਟ ਵਿਊਜ਼ ਸੋ ਇਸ ਦੇ ਨਾਲ ਹੀ ਮੈਨੂੰ ਸੰਜੀਵ ਯਸ਼ ਖੰਨਾ ਨੂੰ ਤੇ ਮੈਨੂੰ ਸੁਖਦੀਪ ਕੌਰ ਸੰਧੂ ਨੂੰ ਦਿਓ ਇਜਾਜ਼ਤ ਸਵਾਗਤ ਹੈ ਕਾਲ